ਲਾਗੇ ਗੁਰ ਲਾਗੇ ਗੁਰੂ ਬਾਣੀ ਗੁਰੂ ਗੁਰੂ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਵੇ ਸੇਵਕ ਜਨ ਮਾਨ ਪ੍ਰਤੱਖ ਗੁਰੂ ਨਿਸਤਾ ਵਾਹਿਗੁਰੂ 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 ਵਾਹਿਗੁਰੂ
ਤੇਰੇ ਭਰੋਸੇ ਪਿਆਰੇ ਮੈਂ ਲਾਡਲਾ ਕਰੋ ਕਿਰਪਾ ਤੇਰੇ ਭਰੋਸੇ ਪਿਆਰੇ ਲਾਡ ਲੜਾਇਆ ਮੈਂ ਲਾਡ ਲੜਾਇਆ ਲਾਡ ਲੜਾਇਆ ਮੈਂ ਲਾਡ ਲੜਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਕਰੋ ਕਿਰਪਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਲਾਡ ਲੜਾਇਆ ਮੈਂ ਲਾਡ ਲੜਾਇਆ ਜਦੋਂ ਲਾਡ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਮੈਂ ਲਾਡ ਲੜਾਇਆ
ਬੰਧਨ ਮੁਕਤ ਸੰਤੋ ਮੇਰੀ ਰੱਖੇ ਮਮਤਾ ਤੇਰੇ ਭਰੋਸੇ ਪਿਆਰੇ
दर्स तेरे की प्यास मन ला, सहज अनन बसै बैरागी, सहज अनन बसै बैरागी, दर्श तेरे मन लागी, दर्श तेरे की प्यास मन गए विचार, जम कंकर नस गए विचार, दर्श तेरे की प्यास मन लागी, दर्श तेरे की प्यास मन लागी, आ स्मृत नाम सगल रोग के आ स्मृत नाम
ਨਾਨਕ ਕੀ ਅਰਦਾਸ ਸੁਣੀ ਕੇਵਲ ਨਾਮ ਹਿਰਦੇ ਮੈਂ ਦੀਜੈ ਕੇਵਲ ਨਾਮ ਕੇਵਲ ਨਾਮ ਹਿਰਦੇ ਮੈਂ ਦੀਜੈ ਵਾਹਿਗੁਰੂ ਵਾਹਿਗੁਰੂ ਕਰੋ ਕਿਰਪਾ ਵਾਹਿਗੁਰੂ 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 ਢੂੰਡੀ ਸੱਜਣਾ ਸੱਜਣ ਮੈਂ ਸੱਜਣ ਮੈਂ ਸੱਜਣ ਮੈਂ ਨਾ ਸੱਜਣ ਮੈਂ ਨਾ ਸੱਜਣ ਮੈਂ ਸੱਜਣ ਮੈਂ ਨਾ ਸੱਜਣ ਮੈਂ ਨਾ ਸੱਜਣ ਮੈਂ ਨਾ ਦੀ ਸੱਜਣਾ ਸੱਜਣ ਮੈਂ ਸੱਜਣ ਮੈਂ ਵਾਹਿਗੁਰੂ 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 ਕਬ ਗੱਲ ਲਾਵਾਂਗੇ ਕਬ ਗੱਲ ਲਾਵਾਂਗੇ ਕਬ ਗੱਲ ਲਾਵਾਂਗੇ ਕਬ ਗੱਲ ਹਾਂ ਤੁਮਰੀ ਕਰ ਮਿਹਨਤ ਕਰ ਜੋ ਤੇਰੀ ਮੈਂ ਪ੍ਰਭ ਮਿਲਨੇ ਕਾ ਚਾਹਾਂ ਮੈਂ ਪ੍ਰਭ ਮਿਲਨੇ ਕਾ ਚਾਹਾਂ ਮੈਂ ਪ੍ਰਭ ਮਿਲਨੇ ਕਾ ਚਾਹਾਂ ਵਾਹਿਗੁਰੂ ਸਾਰੇ ਵਾਹਿਗੁਰੂ ਜਿੰਨੀ ਮੇਰਾ ਪਿਆਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਨਾਨਕ ਕੀ ਅਰਦਾਸ ਸੁਣੀ ਕੇਵਲ ਨਾ ਹਿਰਦੇ ਮੈਂ ਦੀਤ ਕੇਵਲ ਨਾ ਹਿਰਦੇ ਮੈਂ ਦੀਤ ਕੇਵਲ ਨਾ ਹਿਰਦੇ ਮੈਂ ਸਹਿਜ ਅਨੰਦ ਬਸੈ ਬੈਰਾਗੀ ਸਹਿਜ ਅਨੰਦ ਬਸੈ ਬੈਰਾਗੀ ਦਸ ਤੇਰੇ ਪਿਆਸ ਮਨ ਲਾਗੀ ਦਸ ਤੇਰੇ ਮਨ ਲਗੀ ਸਤਸੰਗਤ ਜੀ ਸਾਹਿਬਾਂ ਦੀ ਪਾਵਨ ਗੋਦ ਵਿੱਚ ਬੈਠੇ ਹੋ ਲੰਬੇ ਅਰਸੇ ਬਾਅਦ ਇਸ ਸਟੇਜ 'ਤੇ ਇਸ ਦੇਸ਼ ਵਿੱਚ ਕਾਫੀ ਸਾਲਾਂ ਬਾਅਦ 4-5 ਸਾਲਾਂ ਬਾਅਦ ਆਪ ਸੰਗਤਾਂ ਦੇ ਦਰਸ਼ਨ ਦੀਦਾਰੀ ਕਰ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਇਹ ਸੰਗਤ ਜੀ ਜਿੱਥੇ ਦਾਣਾ ਪਾਣੀ ਹੋਵੇ ਉੱਥੇ ਸਤਿਗੁਰੂ ਖਿੱਚ ਕੇ ਲੈ ਆਉਂਦਾ, ਜਿੱਥੇ ਨਾ ਹੋਵੇ ਉੱਥੇ ਬੰਦਾ ਨਹੀਂ ਵੀ ਪਹੁੰਚਦਾ। ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ ਸਾਡੇ ਨਾਲ ਹੀ ਏਅਰਪੋਰਟ 'ਤੇ ਆਏ, ਉਹਨਾਂ ਦੇ ਪਾਸਪੋਰਟ ਮੇਰਾ ਖਿਆਲ 5 ਕੁ ਮਹੀਨੇ ਰਹਿ ਗਏ ਸੀ, 6 ਮਹੀਨੇ ਚਾਹੀਦੇ ਹੁੰਦੇ ਆ, ਉਹਨਾਂ ਨੂੰ ਵੀ ਸ਼ਾਇਦ ਪਤਾ ਨਹੀਂ ਸੀ। ਜਾਂ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਦਾਣੇ ਪਾਣੀ ਦੀ ਗੱਲ ਹੈ, ਉਹਨਾਂ ਦਾ ਨਹੀਂ ਸੀ ਸਮਾਂ, ਸਵੱਬ ਨਹੀਂ ਬਣਿਆ। ਕੋਈ ਅੜਚਨ ਆਉਂਦੀ ਹੈ, ਜਦੋਂ ਸਵੱਬ ਹੋਵੇ, ਗੁਰੂ ਦੀ ਕਿਰਪਾ ਹੋਵੇ, ਉਦੋਂ ਮਨੁੱਖ ਧੱਕੇ ਨਾਲ ਵੀ ਚਲੇ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ ਤੁਹਾਨੂੰ ਸਾਨੂੰ ਸਾਰਿਆਂ ਨੂੰ, ਜਿਹੜਾ ਸ਼ਬਦ ਦਾ ਸਾਡੇ ਹਿਰਦੇ ਵਿੱਚ ਪ੍ਰਕਾਸ਼ ਹੋਵੇ। ਇਹ ਅਰਦਾਸ ਬੇਨਤੀ ਜੋਦੜੀ ਵਾਸਤੇ ਆਪਾਂ ਪਹੁੰਚੇ ਹਾਂ। ਆਓ ਇਸ ਟੇਕ ਨੂੰ ਮੁੱਖ ਰੱਖਦੇ ਹੋਏ ਪਰਮਾਤਮਾ ਤੋਂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ,
ਸ਼ਬਦ ਹੈ ਮੇਰੇ ਹਰ ਜੀਓ ਸਭ ਕੋ ਤੇਰਾ ਬਸ ਬਸ ਇੰਨੀ ਕੁ ਗੱਲ ਸਮਝ ਆ ਜਾਏ ਕਿ ਸਾਰੇ ਵੀ ਸਾਡੇ ਵਾਸਤੇ ਵਿੱਚ ਕੋਈ ਨਹੀਂ। ਜੇ ਮਨੁੱਖ ਦੇ ਹੱਥ ਵਿੱਚ ਜੰਮਣ ਅਤੇ ਮਰਨ ਨਹੀਂ ਹੈ, ਪਰਮਾਤਮਾ ਦੇ ਹੱਥ ਵਿੱਚ ਹੈ, ਅਤੇ ਵਿਚਕਾਰਲੀ ਜ਼ਿੰਦਗੀ 'ਤੇ ਅਸੀਂ ਕਿਵੇਂ ਇਤਬਾਰ ਭਰੋਸਾ ਕਰ ਸਕਦੇ ਹਾਂ? ਕੇਵਲ ਉਸ ਪਰਮਾਤਮਾ 'ਤੇ ਡੋਰੀ, ਪ੍ਰਭ ਡੋਰੀ ਹਾਥ ਤੁਮਾਰੇ। ਆਓ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰੀਏ। ਪਾਤਸ਼ਾਹ ਆਪ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਚਾਹੀਦਾ ਕੀ ਹੈ? ਹਮੇਸ਼ਾ ਦੋ ਚੀਜ਼ਾਂ ਸਤਿਗੁਰੂ ਕੋਲੋਂ ਮੰਗਿਆ ਕਰੋ, ਇੱਕ ਨਾਮ ਦੀ ਦਾਤ ਅਤੇ ਇੱਕ ਤੰਦਰੁਸਤੀ। ਜਿਹਦੇ ਕੋਲ ਤੰਦਰੁਸਤੀ ਉਹਨੂੰ ਜ਼ਿਆਦਾ ਪੈਸੇ ਦੀ ਲੋੜ ਨਹੀਂ, ਕਿਉਂਕਿ ਜੇ ਤੰਦਰੁਸਤੀ ਹੈ ਸਤਿਗੁਰੂ ਦਾ ਨਾਮ ਜਪ ਸਕਦੇ ਹਾਂ, ਉਹਦੀ ਰਸਨਾ ਉਹਦੇ ਚਰਨਾਂ ਵਿੱਚ ਬੈਠ ਕੇ ਇਸ ਰਸਨਾ ਦੇ ਨਾਲ। ਜਿੱਦਾਂ ਬਹੁਤ ਜਨਮ ਵਿਛੜੇ ਇੱਥੇ ਮਾਧੋ, ਬੜੇ ਜਨਮਾਂ ਤੋਂ ਟੇਢੀਆਂ ਮੇਢੀਆਂ ਜੂਨਾਂ 'ਚ ਪਏ, ਸਤਿਗੁਰਾਂ ਨੇ ਤਰਸ ਕਰਕੇ ਮਨੁੱਖਾਂ ਦੇ ਬਖਸ਼ਿਸ਼ ਕੀਤੀ ਹੈ, ਉਸ ਪ੍ਰਭੂ ਦੀ ਕੀਰਤੀ ਕਰਕੇ ਨਾਮ ਜਪ ਕੇ ਇਹਨੂੰ ਉਹਦੇ ਹੁਕਮ 'ਚ ਰਹਿ ਕੇ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਉਹਦਾ ਭਾਣਾ ਮੰਨ ਕੇ ਉਹਦੇ ਹੁਕਮ ਵਿੱਚ ਰਹਿ ਕੇ ਉਹਦੀ ਮਰਜ਼ਾਦਾ ਵਿੱਚ ਰਹਿ ਕੇ ਕਿਸੇ ਨਾ ਉੱਚਾ ਨੀਵਾਂ ਨਾ ਬੋਲੀਏ, ਉਸ ਪਰਮਾਤਮਾ ਨੂੰ ਯਾਦ ਕਰੀਏ। ਆਓ ਪਿਆਰ ਦੇ ਨਾਲ ਇਹ ਸ਼ਬਦ ਬੜੀ ਭਾਵਨਾ ਦੇ ਨਾਲ ਗਾਵੀਏ, ਸੁਣੀਏ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾ ਜੋਰ ਨਹੀਂ ਜੇ ਕਿਸ ਕਰ ਹਮ ਸਕੈ, ਅਸਾ ਜੋਰ ਨਹੀਂ ਜੇ ਕਿਸ ਕਰ ਹਮ ਸਕੈ, ਜਿਉਂ ਪਾਵੇ ਤਿਉਂ ਬਖਸ਼, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਮੇਰੇ ਹਰ ਜੀਓ ਸਭ ਕੋ ਤੇਰੇ।
ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਪਾਵੇ ਜਿਉਹਾਰ ਪਾਵੇ ਤਿਉ ਰੱਖੀਏ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਮੇਰੇ ਹਰ ਜੀਓ ਸਭ ਕੋ ਸਭ ਜੀਓ ਪਿੰਡ ਦੀਆਂ ਉਦਿਆ ਪੇ ਕਾਰੇ ਜਿਹਾ ਤੂੰ ਹੁਕਮ ਕਰੇ ਕਰਮ ਕਮਾਵੇ ਜਿਹਾ ਤੂੰ ਹੁਕਮ ਕਰ ਤੇਰੇ ਕੋ ਕਰਮ ਕਮਾਵੇ ਜਿਹਾ ਤੁਧ ਤੁਰ ਲਿਖ ਪਾਇਆ ਜਿਹਾ ਤੁਧ ਤੁਰ ਲਿਖ ਪਾਇਆ ਮੇਰੇ ਹਰ ਜੀਓ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਕ ਮਨ ਮੁਕ ਕਰੇ ਸੇਵਾ
ਇੱਕ ਮਨ ਮੁਖ ਕਰੇ ਸਿਰੋਵੇ ਮੇਰੇ ਹਰ ਜੀਓ ਸਭ ਕੋ ਤੇਰੇ ਬਸ ਮੇਰੇ ਹਰ ਜੀਓ ਸਭ ਕੋ ਹਰ ਕੀ ਵਡਿਆ ਅਮੂਰਕ ਮੁਗਦ ਨੀਚਾ ਜਨ ਨਾਨਕ ਕੋ ਹਰ ਬਖਸ਼ ਲੈ ਬਖਸ਼ ਲੈ ਮੇਰੇ ਸਵਾਮੀ ਬਖਸ਼ ਲੈ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆਇਆ ਜਾ ਸਰਨਾਗਤ ਪਿਆਇਆ ਜਾ ਮੇਰੇ ਹਰ ਜੀਓ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
ਵਾਹਿਗੇ ਗੁਰੂ ਜੀ, ਵਾਹਿਗੇ ਗੁਰੂ, ਵਾਹਿਗੇ ਗੁਰੂ ਜੀ, ਵਾਹਿਗੇ ਜੁਰ ਨਹੀਂ ਜੇ ਕੁਛ ਕਰਮ ਸਕੇ, ਅਸਾਂ ਜੁਰ ਨਹੀਂ ਜੇ ਕੁਛ ਕਰਮ ਸਕੇ, ਜਿਉ ਪਾਵੇ ਸਤਸੰਗਤ ਜੀ। ਇੱਕ ਸ਼ਬਦ ਦੀ ਹਾਜ਼ਰੀ ਲੱਗ ਕੇ ਆਪਾਂ ਸਮਾਪਤੀ ਕਰਾਂਗੇ, ਕਿਉਂਕਿ ਸਵੇਰ ਦੇ ਦੀਵਾਨਾਂ ਵਿੱਚ ਵੀ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸੰਡੇ ਤੱਕ ਜਿੱਦਾਂ ਜਿੱਦਾਂ ਹੁਕਮ ਹੋਇਆ, ਆਪ ਜੀ ਨੂੰ ਪਤਾ ਹੈ ਕਿਹੜਾ ਕਿਹੜਾ ਸਮਾਂ ਹੈ, ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲਾ ਉਹਨਾਂ ਦੀ ਜਗ੍ਹਾ, ਮੇਰਾ ਛੋਟਾ ਵੀਰ ਬੜਾ ਪਿਆਰਾ ਕੀਰਤਨ ਕਰਦਾ ਸਿੰਗਾਪੁਰ ਦੀ ਧਰਤੀ 'ਤੇ, ਦਿੱਲੀ ਤੋਂ ਨੇ ਸਿੰਗਾਪੁਰ ਦੀ ਧਰਤੀ 'ਤੇ ਕੱਤੋਂ ਗੁਰੂ ਘਰ, ਜਿੱਥੇ ਇਹ ਕਿਹਾ ਜਾਂਦਾ ਕਿ ਆਮ ਮਨੁੱਖ ਕੀਰਤਨ ਨਹੀਂ ਕਰ ਸਕਦਾ ਕਿਉਂਕਿ ਸਾਰੀ ਸੰਗਤ ਹੀ ਉੱਥੇ ਕੀਰਤਨ ਆਪ ਕਰਦੀ। ਉਹ ਇੱਕ ਐਸੀ ਸਟੇਜ ਹੈ ਜਿੱਥੇ ਤੁਸੀਂ ਇੱਕ ਵਾਰ ਸ਼ਬਦ ਪੜ੍ਹ ਲਓ, 6 ਮਹੀਨੇ ਵਾਰੀ ਨਹੀਂ ਆਉਂਦੀ, ਜੇ 3 ਮਹੀਨੇ ਬਾਅਦ ਰਿਪੀਟ ਵੀ ਕਰੋਗੇ ਤਾਂ ਸੰਗਤ ਨੂੰ ਪਤਾ ਲੱਗ ਜਾਂਦਾ ਕਿ 9 ਤਰੀਕ ਨੂੰ ਇੱਥੇ ਸ਼ਬਦ ਗਾਇਨ ਕੀਤਾ, ਇੰਨੀ ਸੂਝਵਾਨ ਸੰਗਤ ਦੇ ਵਿੱਚ ਉਹ ਕੀਰਤਨ ਕਰ ਰਹੇ ਨੇ ਇਸ ਵੇਲੇ। ਅਤੇ ਕੱਲ੍ਹ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਦੀ ਜਗ੍ਹਾ ਉਹਨਾਂ ਨੇ ਨੌਜਵਾਨ ਵੀਰਾਂ ਨੇ ਬੜੇ ਪਿਆਰ ਨਾਲ ਹਾਜ਼ਰੀਆਂ ਭਰਨੀਆਂ ਨੇ। ਅਸੀਂ ਸਾਰਿਆਂ ਜਥਿਆਂ ਨੇ ਰਲ ਮਿਲ ਬੈਠ ਕੇ ਕੋਸ਼ਿਸ਼ ਕਰਨੀ ਹੈ ਕਿ ਇੱਕ ਬੂੰਦ ਗੁਰੂ ਦੀ ਸਾਡੇ ਹਿਰਦੇ ਵਿੱਚ ਪੈ ਜਾਏ। ਤਾਂ ਹੀ ਸਤਿਗੁਰਾਂ ਨੇ ਕਿਹਾ, ਕਿਨਕਾ ਇੱਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗੜੀ ਨਾ ਆਵੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜਿਹਦੇ ਹਿਰਦੇ ਵਿੱਚ ਨਾਮ ਵੱਸ ਜਾਂਦਾ ਹੈ ਨਾ, ਉਹਦੀ ਮਹਿਮਾ ਦੁਨੀਆ 'ਤੇ ਕੋਈ ਬਿਆਨ ਨਹੀਂ ਕਰ ਸਕਦਾ। ਬਹੁਤ ਵੱਡੀ ਉਸ ਪਰਮਾਤਮਾ ਦੀ ਦਾਤ ਹੈ ਜੇ ਨਾਮ ਸਾਡੇ ਹਿਰਦੇ ਵਿੱਚ ਵੱਸ ਜਾਇਆ। ਉਹ ਇਸ ਸ਼ਬਦ ਦੇ ਨਾਲ ਫਿਰ ਸਮਾਪਤੀ ਕਰਦੇ ਹਾਂ ਜੀ। ਕਿਨਕਾ ਇੱਕ ਕਿਨਕਾ ਜਿਸ ਜੀਵ ਸਾ, ਸਾਰੀ ਸੰਗਤ ਕਿਨਕਾ, ਵਾਹ ਵਾਹ,
ਗੱਜ ਕੇ ਸਾਰਿਆਂ ਨੇ ਬੋਲਣਾ ਹੈ। ਸੁਖਮਨੀ ਸਾਹਿਬ ਜੀ ਦੀ ਪਹਿਲੀ ਪੌੜੀ ਹੈ, ਪਹਿਲੀ ਪੌੜੀ ਦਾ ਜਾਪ ਕਰਨਾ ਹੈ, ਪਾਤਸ਼ਾਹ ਦੀ ਖੁਸ਼ੀ ਲੈਣੀ ਹੈ। ਕਿਨਕਾ ਏਕ ਕਿਨਕਾ ਜਿਸ ਜੀਵ ਸਾਵੇ, ਕਿਨਕਾ ਜੁਗਾਦ ਗੁਰੇ ਨਮ, ਸਤ ਗੁਰੇ ਨਮ ਸ੍ਰੀ ਗੁਰਦੇਵੇ ਨਮ। ਕਿਨਕਾ ਏਕ ਜਿਸ ਜੀਵ ਸਾਵੇ, ਤਾਂ ਕੀ ਮਹਿਮਾ ਗਣੀ ਨਾ ਆਵੇ। ਸਾਰੀ ਸੰਗਤ ਕਿਨਕਾ ਵਾਹ ਵਾਹ, ਕਿਨਕਾ ਏਕ ਕਿਨਕਾ ਜਿਸ ਜੀਵ ਸਾਵੇ, ਕਿਨਕਾ ਜਿਸ ਜੀ ਵਸਾਵੇ। ਵਾਹਿਗੁਰੂ 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 ਜਪੋ, ਸਿਮਰੋ ਸਿਮਰ ਸਿਮਰ ਸਿਮਰੋ, ਜਾਸ ਬਿਸਾਂ ਪਰ ਨਾਮ ਜਪ ਗਿਆ ਗਣਿਤ ਅਨੇਕ। ਵਾਹਿਗੁਰੂ ਸਿਮਰੋ ਕਿਨ ਜਿਸ ਜੀਵ ਸਾਵੇ, ਕਿਨਕਾ ਕਿਨਕਾ ਜਿਸ ਜੀਵ ਸਾਵੇ। ਵਾਹਿਗੁਰੂ ਵਾਹਿਗੁਰੂ ਜਪੋ, ਵਾਹਿਗੁਰੂ ਦਰਸ ਤੁਹਾਰਾ
ਵਾਹਿਗੁਰੂ 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 ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਹੀ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਹੀ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ ਹਰ ਕੀਆਂ ਵਡਿਆਈਆਂ ਸਦਾ ਸਦਾ ਹਰ ਕੀਆਂ ਵਡਿਆਈਆਂ ਸਦਾ ਸਦਾ ਦੇ ਨਾ ਪੱਛੋ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਹੀ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਹੀ ਵਾਹਿਗੁਰੂ 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 ਸਾਰੇ ਕਰੋ ਕਿਰਪਾ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ ਨਹੀਂ ਛੋਡੋ ਰੇ ਬਾਬਾ ਰਾਮ ਨਹੀਂ ਛੋਡੋ ਰੇ ਬਾਬਾ ਰਾਮ ਮੇਰੋ ਔਰ ਪੜਨ ਸੋ ਨਹੀਂ ਤਾਂ ਮੇਰੋ ਔਰ ਪੜਨ ਸਾਰੀ ਸੰਗਤ ਮੇਰੋ ਔਰ ਪੜਨ ਸੋ ਨਹੀਂ ਮੇਰੋ ਔਰ ਪੜਨ ਸੋ ਨਹੀਂ ਛੋਡੋ ਰੇ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨਹੀਂ ਛੋਡੋ ਰੇ ਤੇਰਾ ਦਿੱਤਾ ਲੈਗੀਏ ਸੁੱਖ ਤੇਰਾ ਦਿੱਤਾ ਲੈਗੀਏ ਕਰੋ ਕਿਰਪਾ ਤੇਰਾ ਲੈਗੀਏ ਵਾਹ ਵਾਹ ਤੁਧ ਪਾਵੇ ਤਾਂ ਨਾਮ ਜਪਾਵੇ ਤੁਧ ਪਾਵੇ ਨਾਮ ਜਪਾਵੇ ਸੁੱਖ ਤੇਰਾ ਦਿੱਤਾ ਲੈਗੀਏ ਸੁੱਖ ਤੇਰਾ ਦਿੱਤਾ ਲੈਗੀਏ ਸੁੱਖ ਤੇਰਾ ਦਿੱਤਾ ਸੁੱਖ ਤੇਰਾ ਵਾਹਿਗੁਰੂ 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 ਚੱਲ ਸਕੀਏ ਪ੍ਰਭ ਰਾਮ ਨੇ ਜਾ ਚੱਲ ਰਾਮ ਜਾ ਸਾਧ ਜਨਾ ਕੀ ਚਰਣੀ ਪਾਣਾ ਸਾਧ ਜਨਾ ਕੀ ਚਰਣੀ ਪਾਣਾ ਚੱਲ ਸਕੀਏ ਪ੍ਰਭ ਰਾਮ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਪ ਲੋ ਕਾਕੀ ਜਿਸ ਜੀਵ ਸਾਵੇ ਵਾਹਿਗੁਰੂ ਵਾਹਿਗੁਰੂ ਕਰੋ ਕਿਰਪਾ ਵਾਹਿਗੁਰੂ ਵਾਹਿਗੁਰੂ ਗੁਰੂ ਪ੍ਰਸਾਦ ਸੰਗਤ ਜੀ ਤਹਿ ਦਿਲੋਂ ਧੰਨਵਾਦ ਪਹਿਲੇ ਦੀਵਾਨ ਦੀ ਪਹਿਲੀ ਹਾਜ਼ਰੀ ਬੜੇ ਪਿਆਰ ਦੇ ਨਾਲ ਸਬੂਤ ਦਿੱਤਾ ਤੁਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਸ ਕਰਦੇ ਹਾਂ ਰਹਿੰਦੇ ਦੀਵਾਨਾਂ ਵਿੱਚ ਕਿਉਂਕਿ ਜ਼ੋਰ ਸਾਡਾ ਨਹੀਂ ਹੈ ਗੁਰੂ ਦੀ ਸੰਗਤ ਭਾਗਾਂ ਨਾਲ ਮਿਲਦੀ ਹੈ ਬੜੀ ਸੰਗਤ ਹੋਏਗੀ ਜਿਹੜੀ ਲੰਗਰ ਚੋਂ ਹੋ ਕੇ ਮੁੜ ਗਈ ਹੈ ਤੁਹਾਨੂੰ ਸਤਿਗੁਰਾਂ ਨੇ ਚੁਣਿਆ ਆਪਣੀ ਗੋਦ ਵਿੱਚ ਬਿਠਾਉਣ ਵਾਸਤੇ ਕਿਉਂਕਿ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਵ ਰਹਿੰਦੇ ਦੀਵਾਨਾਂ ਵਿੱਚ ਰਹਿੰਦੇ ਹਾਜ਼ਰੀਆਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪਾਂ ਸਾਰੇ ਰਲ ਮਿਲ ਬੈਠ ਕੇ ਉਸ ਪਰਵਤਗਾਰ ਦੀ ਸਿਫਤ ਵਿੱਚ ਜੁੜਾਂਗੇ ਬੜੇ ਸ਼ਬਦਾਂ ਦੇ ਹੁਕਮ ਨੇ ਕੋਸ਼ਿਸ਼ ਕਰਾਂਗੇ ਸਾਰੀਆਂ ਹਾਜ਼ਰੀਆਂ ਵਿੱਚ ਉਹ ਸ਼ਬਦ ਆਪ ਜੀ ਨੂੰ ਸਰਵਣ ਕਰਵਾਏ ਜਾਣਗੇ ਆਓ ਪਿਆਰ ਦੇ ਨਾਲ ਅਨੰਦ ਸਾਹਿਬ ਜੀ ਦੇ ਜਾਪ ਨਾਲ ਜੁੜੀਏ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਲੀਆਂ ਸ਼ਬਦ ਹੋਤਾ ਗਾਵੋ ਹੈ ਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਸਭ ਨਗਲਾ ਸਮਰਥ ਸੁਆਮੀ ਸੁਖ ਮਨ ਹੋ ਵਿਸਾਰੇ ਕਹਿ ਨਾਨਕ ਸਾਚ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦਾ ਸਿਵ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਕਹਿ ਗਏ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵੱਡੇ ਆਈਆਂ ਕਹਿ ਗਏ ਨਾਨਕ ਸੁਣੋ ਸੰਤੋਸ਼ ਸ਼ਬਦ
ਸਾਚਾ ਨਾਮ ਰਾਧਾਰੋ ਅੱਜ ਪਰਛਬ ਤੁਕਾ ਸੁਭਾਗੇ ਕਾ ਸੁਭਾਗੇ ਸਭ ਅੱਜ ਕਲਾ ਪੰਚ ਦੂਤ ਵਸ ਕੀਤੇ ਕਾਲ ਕੰਠ ਕੁਮਾਰ ਅਗਰ ਕਰਮ ਪਾਇਆ ਤੂੰ ਦਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਗਏ ਨਾਨਕ ਤੈਸ ਕੋ ਅਤ ਕਰ ਅਨਹਦ ਵਾਜੇ ਅਨਸ ਨੋ ਬਡ ਪਾਪੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਤੇ ਸਗਲ ਸੂਰੇ ਦੁਖ ਰੋਗ ਸਤਾਪ ਕਰੇ ਸੁਣੀ ਸੱਚੀ ਬਾਣ ਸੰਤ ਸਾਧਨ ਪਏ ਸਸੇ ਪੂਰੇ ਗੁਰ ਤੇ ਜਾਣ ਸੰਤੇ ਬਲੀ ਕਹਤੇ ਹੋਏ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਂ ਬੁਰਿਆਂ ਜਿਨੀ ਨਾਮ ਤੇ ਆਇਆ ਨਾਨਕ ਕੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮਾਂ